ਹਾਂਜੀ ਕਿਤਾ ਸਾਰੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੇ ਵੀਡੀਓ ਸਾਰੇ ਪਾਸੇ ਸ਼ੇਅਰ ਕਰਿਓ ਤੁਹਾਨੂੰ ਦਿਖਾਉਣਾ ਕਈ ਦਿਨ ਕੋ ਦੀਨ ਦੁਨੀਆ ਦੇ ਤੱਥ ਨਹੀਂ ਦਿਖਾਏ ਤੇ ਤੱਥ ਦਿਖਾਉਨੇ ਆ ਜੀ ਅੱਜ ਤੁਹਾਨੂੰ ਇਹ ਜੀ ਤੁਸੀਂ ਦੇਖ ਰਹੇ ਹੋ ਚਿੜੀਆਂ ਨਹੀਂ ਜੀ ਹਾਂਜੀ ਸਹੀ ਸੁਣਿਆ ਇਹ ਚਿੜੀਆਂ ਨਹੀਂ ਇਹ ਫੁੱਲ ਨੇ ਹਾਂਜੀ ਸਹੀ ਸੁਣਿਆ ਇਹ ਫੁੱਲ ਨੇ ਦੇਖ ਸਕਦੇ ਆ ਇਸ ਤਰ੍ਹਾਂ ਕੁਦਰਤ ਦੇ ਹੋਰ ਰੰਗ ਦਿਖਾਉਨੇ ਆ ਤੇ ਬਾਕੀ ਹੋਰ ਵੀ ਦੁਨੀਆ ਦੇ ਤੱਥ ਇਹਨਾਂ ਦਾ ਨਾਂ ਕੀ ਤੁਸੀਂ ਵੀ ਸਰਚ ਕਰ ਸਕਦੇ ਮੈਗਨੋਲੀਆ ਫਲਾਵਰ ਤੁਸੀਂ ਸਰਚ ਕਰਕੇ ਦੇਖ ਲਿਓ ਜੀ ਇਹ ਫੁੱਲ ਆ ਇਹ ਦੇਖਣ ਨੂੰ ਚਿੜੀਆਂ ਲੱਗਦੀਆਂ ਹੋਰ ਵੀ ਦਿਖਾਉਣਾ ਤੁਹਾਨੂੰ ਦੀਨ ਦੁਨੀਆਦਾਰੀਆਂ ਦੀਆਂ ਅਜਹੀਆਂ ਤਸਵੀਰਾਂ ਤੇ ਤੁਸੀਂ ਵੀ ਕਮੈਂਟਾਂ 'ਚ ਲਿਖਿਓ ਜੱਸ ਜੱਸ ਇਦਾਂ ਦੇ ਤੱਥ ਦਿਖਾਇਆ ਕਰਾਂ ਕਈ ਦਿਨ ਹੋ ਗਏ ਤੱਥ ਜਾਂ ਨਹੀਂ ਪੇਸ਼ ਕੀਤੇ ਤੇ ਹੋਰ ਵੀ ਤਸਵੀਰਾਂ ਦਿਖਾਉਣੇ ਆ ਤੇ ਸ਼ੇਅਰ ਕਰ ਦਵਾਂ ਮੈਂ ਵੀ ਤੁਸੀਂ ਵੀ ਸ਼ੇਅਰ ਕਰ ਦਿਓ ਇੱਕ ਸਕਿੰਟ ਲਈ ਰੁਕੋ ਤੇ ਮੈਂ ਵੀ ਸ਼ੇਅਰ ਕਰ ਦਵਾਂ ਚਲਦੀ ਚਲਦੀ ਤੇ ਤੁਸੀਂ ਵੀ ਕਰ ਦਿਓ ਜੀ ਤੇ ਹਾਂਜੀ ਦਿਖਾਉਣੇ ਆ ਭਈ ਬਾਕੀ ਹੋਰ ਹਨਾ ਦੁਨੀਆਦਾਰੀ ਤੇ ਇੱਕ ਸ਼ਿਪ ਲੈ ਕੇ ਜਾ ਰਿਹਾ ਸੀ ਕਾਰਾਂ 4000 ਤੋਂ ਵੱਧ ਪੋਰਚ ਬੈਂਟਲੇ ਤੇ ਮਹਿੰਗੀਆਂ ਮਹਿੰਗੀਆਂ ਆਡੀ ਦੀਆਂ ਕਾਰਾਂ ਉਸ ਨੂੰ ਕੀ ਹੋ ਗਿਆ ਉਹ ਵੀ ਦਿਖਾਉਨੇ ਆ ਤੇ ਪਹਿਲਾਂ ਕੁਦਰਤ ਦੇ ਰੰਗ ਦਿਖਾਉਨੇ ਇਹ ਦੇਖ ਸਕਦੇ ਇਹ ਦੇਖੀਏ ਜੀ ਇਸ ਤਰ੍ਹਾਂ ਹੀ ਕੇ ਫੁੱਲਿਆ ਇਹ ਫੁੱਲ ਇਸ ਤਰ੍ਹਾਂ ਦੇ ਦੀਦੇ ਆ ਵੀ ਜਿੱਦਾਂ ਨਿਆਣੇ ਲੋਕਾਂ ਨੇ ਪਘੂੜੇ 'ਚ ਪਾਏ ਹੁੰਦੇ ਆ ਦੇਖ ਸਕਦੇ ਆ ਇਹ ਜਿੱਦਾਂ ਬੇਬੀ ਨਹੀਂ ਨਿਆਣੇ ਨਹੀਂ ਪਾਏ ਹੁੰਦੇ ਪਘੂੜੇ 'ਚ ਦੇਖ ਸਕਦੇ ਆ ਜੀ ਇਹ ਫੁੱਲਾਂ ਦੀ ਸ਼ੇਪ ਇਦਾਂ ਦੀ ਆ ਤੇ ਇਹਨਾਂ ਨੂੰ ਯੂਨੀ ਫਲਾਵਰ ਕਹਿੰਦੇ ਜਿਹੜੇ ਪਹਿਲਾਂ ਦਿਖਾਏ ਜੀ ਜਿਹੜੇ ਚਿੜੀਆਂ ਵਰਗੇ ਮੈਗਨੋਲੀਆ ਤੁਸੀਂ ਵੀ ਆਪਣੇ ਤੌਰ ਤੇ ਸਰਚ ਕਰਕੇ ਉਹਨਾਂ ਦੇ ਬਾਰੇ ਦੇਖ ਸਕਦੇ ਤੇ ਆਪਣੇ ਬੱਚਿਆਂ ਨੂੰ ਵੀ ਦਿਖਾ ਸਕਦੇ ਆ ਤੇ ਜੀ ਦੁਨੀਆ ਬਹੁਤ ਪਰੇ ਪਰੇ ਆ ਲੋਕ ਖਰੇ ਤੋਂ ਖਰੇ ਇਜ਼ਰਾਈਲ ਇੱਕ ਜਿਹਾ ਦੇਸ਼ ਆ ਜਿਹੜਾ ਕਿ ਦੁਨੀਆ ਚ ਸਾਰੇ ਕੰਮਾਂ ਚ ਮੋਰੀ ਆ ਬਾਈ ਜੀ ਉਹਨਾਂ ਕੋਲ ਜ਼ਮੀਨ ਤਾਂ ਹੈ ਨਹੀਂ ਕਿ ਪਰ ਉਹ ਬਾਈ ਜੀ ਉਹਨਾਂ ਨੇ ਦਿਮਾਗ ਨਾਲ ਹੀ ਇਦਾਂ ਦੀਆਂ ਤਕਨੀਕਾਂ ਲਿਆਂਦੀਆਂ ਗੱਲਾਂ ਹੀ ਛੱਡੋ ਆਪਾਂ ਧਰਤੀ ਦੇ ਚੀਜ਼ਾਂ ਗਾਉਂਦੇ ਆ ਉਹ ਉਗਾਉਂਦੇ ਆ ਕੰਧਾਂ ਤੇ ਹਾਂਜੀ ਸਹੀ ਸੁਣਿਆ ਤੁਸੀਂ ਵਰਟੀਕਲ ਫਾਰਮਿੰਗ ਕਹਿੰਦੇ ਆ ਉਹਨੂੰ ਦੇਖ ਸਕਦੇ ਆ ਇਹਨੂੰ ਹਰੀਜ਼ਨਟਲ ਕਹਿੰਦੇ ਆ ਵਰਟੀਕਲ ਕੰਧਾਂ ਤੇ ਭਾਵ ਦੇਖ ਸਕਦੇ ਇਹ ਜਿਹੜੀ ਨਹੀਂ ਪ੍ਰਦਰਸ਼ਨੀ ਹੈ ਇਟਲੀ ਦੀ ਤਸਵੀਰ ਹੈ ਮਿਲਾਨ ਚ ਇਹ ਪ੍ਰਦਰਸ਼ਨੀ ਲਾਈ ਸੀਗੀ ਤੇ ਆਪਣਾ ਇਹ ਸਿਸਟਮ ਬਾਈ ਜੀ 사우ਦੀ ਵਰਗੇ ਦੇਸ਼ਾਂ ਨੂੰ ਵੀ ਵੇਚਦੇ ਆ ਇਜ਼ਰਾਈਲ ਕੋ ਜਮੀਨ ਘਟਿਆ ਪਰ ਦਿਮਾਗ ਵੱਧਿਆ ਉਹ ਨਹੀਂ ਦਿਮਾਗ ਨਾਲ ਦੇਖ ਸਕਦੇ ਜਿਹੜੀਆਂ ਫਸਲਾਂ ਸਬਜ਼ੀਆਂ ਜੋ ਵੀ ਆ ਇਦਾਂ ਵਰਟੀਕਲ ਫਾਰਮਿੰਗ ਕੰਧਾਂ ਤੇ اگਾਈਆਂ ਹੋਈਆਂ ਦੇਖੋ ਜੀ ਤੁਹਾਡੇ ਸਾਹਮਣੇ ਆ ਇਦਾਂ ਦੀਆਂ ਚੀਜ਼ਾਂ ਵੱਧੋ ਵੱਧ ਸ਼ੇਅਰ ਕਰਿਓ ਜੀ ਦੇਖ ਸਕਦੇ ਆ ਹੈਮੀ ਨਹੀਂ ਜਹੂਦੀ ਆਪਣੇ ਦਿਮਾਗ ਨਾਲ ਦੁਨੀਆ ਤੇ ਰਾਜ ਕਰਦੇ ਇਹ ਦੇਖੋ ਤੁਹਾਡੇ ਸਾਹਮਣੇ ਮੈਂ ਸ਼ੋਅ ਕੀਤਾ ਤੁਹਾਨੂੰ ਹੋਰ ਦਿਖਾਉਣਾ ਬਾਈ ਜੀ ਇਹ ਆਪਣੀ ਤਕਨੀਕ ਯੂਏਈ ਵਰਗੇ ਦੇਸ਼ਾਂ ਨੂੰ ਵੇਚਦੇ ਵੀ ਆ ਦੇਖ ਸਕਦੇ ਆ ਇਜ਼ਰਾਈਲ ਆਪਣਾ ਸਿਸਟਮ ਯੂਏਈ ਵਰਗੇ ਦੇਸ਼ਾਂ ਨੂੰ ਕਿਉਂਕਿ ਉੱਥੇ ਵੀ ਤੁਹਾਨੂੰ ਪਤਾ ਹੈ ਜਮੀਨ ਤੇ ਤਾਂ ਕੁਝ ਪੈਦਾ ਨਹੀਂ ਹੁੰਦਾ ਹਨਾ ਸੋ ਇਹ ਜੁਆਇ ਨੂੰ ਵੀ ਵੇਚਦਾ ਹੋਰਾਂ ਵੀ ਦੇਸ਼ਾਂ ਨੂੰ ਆਪਣੀ ਇਜ਼ਰਾਈਲ ਦੀ ਵਰਟੀਕਲ ਫੀਲਡ ਫਾਰਮਿੰਗ ਜੋ ਵੀ ਇਹਨਾਂ ਦਾ ਸਿਸਟਮ ਆ ਵੇਚਦੇ ਆ ਹੋਰ ਵੀ ਦਿਖਾਉਣਾ ਬਾਈ ਦੁਨੀਆ 'ਚ ਕੀ ਚੱਲਦਾ ਪਿਆ ਦੁਨੀਆ 'ਚ ਜਾਪਾਨ 'ਚ ਬਾਈ ਜੀ ਇੱਕ ਅਜਿਹੇ ਰੈਸਟੋਰੈਂਟ ਹੈ ਜਿੱਥੇ ਕਿ ਬਾਂਦਰ ਕੰਮ ਕਰਦੇ ਹਾਂ ਜੀ ਸਹੀ ਸੁਣਿਆ ਤੁਸੀਂ ਬਾਂਦਰ ਕੰਮ ਕਰਦੇ ਆ ਇਹ ਦੇਖੋ ਜੀ ਬਾਂਦਰ ਭੱਜ ਭੱਜ ਕੇ ਫੂਡ ਲੈ ਕੇ ਆਉਂਦੇ ਆ ਦੇਖੋ ਜੀ ਮਟਰ ਲੈ ਕੇ ਆ ਰਿਹਾ ਆ ਤੇ दारू ਜੋ ਵੀ ਆ ਸਾਰਾ ਹੀ ਕੁਝ ਬਾਂਦਰ ਪਰਤੌਂਦੇ ਆ ਵੇਟਰ 'ਚ ਵੇਟਰਾਂ ਦੀ ਜਗ੍ਹਾ ਉੱਥੇ ਹਨਾ ਤੋ ਸਰਵਰ ਇਹ ਬਾਂਦਰ ਕੰਮ ਕਰਦੇ ਦੇਖੋ ਜੀ ਫੂਡ ਜਿਹੜਾ ਸਰਵ ਕਰਦੇ ਆ ਵਰਤਉਂਦੇ ਆ ਬਾਂਦਰ ਆ ਜਾਪਾਨ ਚ ਇੱਕ ਰੈਸਟੋਰੈਂਟ ਆ ਤੇ ਇਹਨਾਂ ਨੂੰ ਇਹਨਾਂ ਦਾ ਮੁੱਲ ਵੀ ਮਿਲਦਾ ਆ ਇਹਨਾਂ ਨੂੰ ਇਹਦੇ ਕੰਮ ਕੀਤੇ ਦੇ ਪੈਸੇ ਆ ਜਾਂਦੇ ਕੇਲੇ ਦਿੱਤੇ ਜਾਂਦੇ ਇਹਨਾਂ ਨੂੰ ਖਾਣ ਨੂੰ ਸੋ ਮਿਲਦੇ ਆ ਹਾਂਜੀ ਤੇ ਇੱਕ ਚੀਜ਼ ਤੁਹਾਨੂੰ ਇੱਕ ਤੱਥ ਹੋਰ ਦਿਖਾਉਣਾ ਡਮੀਨੋ ਦਾ ਪੀਜ਼ਾ ਸਾਰੀ ਦੁਨੀਆ 'ਚ ਮਸ਼ਹੂਰ ਆ ਤੁਸੀਂ ਸਭ ਨੇ ਖਾਦਾ ਵੀ ਹੋਣਾ ਸੁਣਿਆ ਵੀ ਹੋਣਾ ਤੇ ਇਦਾਂ ਦੇ ਤੱਥ ਦੱਸਿਆ ਕਰਾਂਗੇ ਜੀ ਸਾਰੀਆਂ ਕੰਪਨੀਆਂ ਦਾ ਲੋਗੋ ਦਾ ਕੋਈ ਨਾ ਕੋਈ मीनिंग ਹੁੰਦਾ ਦੱਸਿਆ ਕਰਾਂਗੇ ਜੇ ਡਮੀਨੋ ਤੋਂ ਸ਼ੁਰੂ ਕਰਦੇ ਆ ਪਹਿਲਾਂ ਇਹਨਾਂ ਦਾ 1965 ਚ ਇਦਾਂ ਦਾ ਸੀ ਫਿਰ ਇਦਾਂ ਦਾ ਲੋਗੋ ਤੇ ਹੁਣ ਜਿਹੜਾ ਅੱਜ ਕੱਲ੍ਹ ਹੈ ਡਮੀਨੋ ਦਾ ਲੋਗੋ ਇਦਾਂ ਦਾ ਜਿਹੜੇ ਡਮੀਨੋਸ ਦੇ ਲੋਗੋ 'ਚ ਤਿੰਨ ਡਾਟ ਆ ਇਹ ਕੀ ਆ ਬਾਈ ਜੀ ਟੌਮ ਤੇ ਜੇਮਸ ਨਾ ਦੇ ਬੰਦਿਆਂ ਨੇ ਪੀਜ਼ਾ ਖਰੀਦਿਆ ਸੀ 1960 ਚ ਉਹੀ 1960 ਚ ਪੀਜ਼ਾ ਖਰੀਦਿਆ 1900 65 ਤੱਕ ਉਹਨਾਂ ਕੋਲ ਤਿੰਨ ਦੁਕਾਨਾਂ ਹੋ ਗਈਆਂ ਸੀ ਟੌਮ ਤੇ ਜੇਮਸ ਨੇ ਕਿਹਾ ਸੀ ਵੀ ਜਿੱਦਾਂ ਜਿੱਦਾਂ ਸਾਡੀਆਂ ਦੁਕਾਨਾਂ ਵਧੀਆਂ ਜਾਣੀਆਂ ਆਪਾਂ ਡਾਟ ਵਧਾਈ ਜਾਣੇ ਉਹਨਾਂ ਨੂੰ ਥੋੜੋ ਪਤਾ ਸੀ ਵੀ ਸਾਰੇ ਹੀ ਸੰਸਾਰ 'ਚ ਸਾਡਾ ਪੀਜ਼ਾ ਇੰਨਾ ਮਸ਼ਹੂਰ ਹੋ ਜਾਊਗਾ ਸੋ ਹੁਣ ਇੰਨੀ ਕਿ ਜਗ੍ਹਾ 'ਚ ਕਿੰਨੇ ਕਿ ਡਾਟ ਪਾਉਂਦੇ ਸੋ ਇਹ ਤਿੰਨਾਂ ਤੇ ਰੁਕ ਗਏ ਸੀਗੇ ਸੋ ਇਹ ਨਹੀਂ ਤਿੰਨ ਤਿੰਨ ਇਹਨਾਂ ਦੀਆਂ ਪੀਜ਼ਾ ਸ਼ਾਪ ਹੋਈਆਂ ਸੀ ਸੋ ਇਹ ਨਹੀਂ ਗਾਂ ਦੀ ਗਾਂ ਸੋਚਿਆ ਸੀ ਜਿੰਨਾ ਵਧਾਈ ਜਾਵਾਂਗੇ ਸੋ ਹੁਣ ਤਾਂ ਡਮੀਨੋ ਸਾਰੀ ਦੁਨੀਆ 'ਚ ਹੀ ਤੁਸੀਂ ਵੀ ਸਾਰਿਆਂ ਨੇ ਖਾਧਾ ਹੀ ਹੋਣਾ ਸੋ ਇਹ ਨਹੀਂ ਟੌਮ ਤੇ ਜੇਮਸ ਨੇ ਜਿਹੜਾ ਪੀਜ਼ਾ ਲਿਆ ਸੀ ਜਿਹੜੇ ਬੰਦੇ ਤੋਂ ਪਹਿਲਾਂ ਇਹਦਾ ਨਾਂ ਸੀਗਾ ਡਮੀਨੋ ਦਾ ਡੋਮੀਨਿਕਸ ਸੋ ਇਸ ਦਾ ਨਾਮ ਚੇਂਜ ਕਰਕੇ ਡੋਮੀਨੋ ਕੀਤਾ ਗਿਆ ਸੀ ਤੇ ਡਿਲੀਵਰੀ ਕਰਦਾ ਸੀ ਇਹ ਇਸ ਤਰ੍ਹਾਂ ਦੇ ਡੱਬੇ ਚ ਇਹ ਦੇਖ ਸਕਦੇ ਆਂ ਜੀ ਟੌਮ ਦੀ ਤਸਵੀਰ ਹੈ ਬੀਟਲ ਦੀ ਛੋਟੀ ਜੀ ਕਾਰ ਚ ਡਿਲੀਵਰੀਆਂ ਕਰਦਾ ਹੁੰਦਾ ਸੀ 1960 ਚ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਹਾਂਜੀ ਤੇ ਹੋਰ ਦਿਖਾਉਣੇ ਬਾਈ ਜੀ ਦੀਨ ਦੁਨੀਆਦਾਰੀ ਚ ਕੀ ਚੱਲਦਾ ਪਿਆ ਜਿੱਦਾਂ ਆਪਣੇ ਪਖੰਡਵਾ ਦੇ ਆਪਣੇ ਕਈ ਜਗ੍ਹਾ ਕਈ ਕੁਝ ਚੱਲਦਾ ਇਦਾਂ ਹੀ ਇੰਗਲੈਂਡ ਦੀ ਤਸਵੀਰਾਂ ਇੰਗਲੈਂਡ ਚ ਇੱਕ ਦਰਖਤ ਆ ਪਿਛਲੇ 3-400 ਸਾਲਾਂ ਤੋਂ ਇੱਕ ਪ੍ਰਥਾ ਚੱਲੀ ਆਉਂਦੀ ਆ ਲੋਕ ਦਰਖਤ 'ਚ ਸਿੱਕੇ ਗੱਡਦੇ ਆ ਹਾਂਜੀ ਸਹੀ ਸੁਣਿਆ ਤੁਸੀਂ ਆਪਣੀ 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 ਕੀ ਕਹਿੰਦੇ ਹੁੰਦੇ ਦੁਆ ਮੰਗਦੇ ਆ ਜੋ ਕੁਝ ਵੀ ਕਰਦੇ ਆ ਹੋਰ ਵੀ ਕਈ ਤੁਸੀਂ ਯੂਰਪੀਅਨ ਦੇਸ਼ਾਂ 'ਚ ਜਾਂ ਕੈਨੇਡਾ ਅਮਰੀਕਾ 'ਚ ਵੀ ਦੇਖਿਆ ਹੋਣਾ ਜਿੱਥੇ ਪਾਣੀ ਦੇ ਫੁਆਰੇ ਜੇ ਚੱਲਦੇ ਹੁੰਦੇ ਉੱਥੇ ਪਾਣੀ 'ਚ ਲੋਕਾਂ ਨੇ ਸਿੱਕੇ ਸੁੱਟਿਓ ਹੁੰਦੇ ਆ ਸੋ ਸਾਰੀ ਦੁਨੀਆ 'ਚ ਹੀ ਬਾਈ ਜੀ ਇਸ ਤਰ੍ਹਾਂ ਦਾ ਪਖੰਡਵਾਦ ਲਾ ਲਓ ਜੋ ਮਰਜੀ ਲਾ ਲਓ ਇੰਗਲੈਂਡ 'ਚ ਦੇਖਦੇ ਆ ਪਿਛਲੇ 3-400 ਸਾਲ ਤੋਂ ਲੋਕ ਇਦਾਂ ਹੀ ਸਿੱਕੇ ਇਦਾਂ ਇੱਟ ਮਾਰ ਕੇ ਜਾਂ ਕੁਝ ਵੀ ਇਹ ਦੇਖ ਸਕਦੇ ਦਰਖਤ ਦਾ ਕੀ ਹਾਲ ਕੀਤਾ ਹੋਇਆ 3-400 ਸਾਲ ਪੁਰਾਣੇ ਸਿੱਕੇ ਇਸ ਤੇ ਗੱਡੇ ਹੋਏ ਆ ਇਹ ਇੰਗਲੈਂਡ 'ਚ ਆ ਜੀ ਤਸਵੀਰ ਤੇ ਤੁਹ ਤੇ ਇਸ ਤੇ ਸਿੱਕੇ ਦਿਖਾ ਦਿੰਨੇ ਕੋਲੋਂ ਦਿਖਾ ਦਿੰਨੇ ਦੇਖ ਸਕਦੇ ਆ ਜੀ 3-400 ਸਾਲ ਪੁਰਾਣੇ ਲੋਕਾਂ ਨੇ ਇਹਨਾਂ ਥੋੜੇ ਮਾਰ ਕੇ ਜਾਂ ਇੱਟਾਂ ਮਾਰ ਕੇ ਸਿੱਕੇ ਗੱਡ-ਗੱਡ ਕੇ ਦਰਖਤ ਦਾ ਕਚੂਮਰ ਗੱਡਿਆ ਹੋਇਆ ਕਚੂਮਰ ਹਾਂਜੀ ਤੇ ਹੋਰ ਦਿਖਾਉਨੇ ਆ ਤੁਹਾਨੂੰ ਤੇ ਬਾਈ ਜੀ 4000 ਤੋਂ ਵੱਧ ਕਾਰਾਂ ਲੈ ਕੇ ਤੁਰਿਆ ਸੀ ਸ਼ਿਪ ਜਰਮਨੀ ਤੋਂ ਅਮਰੀਕਾ ਜਾਣਾ ਸੀਗਾ ਜਿੱਦਾਂ ਬਾਕਸ ਵੈਗਨ ਕੰਪਨੀ ਦੀਆਂ ਹੀ ਕਾਰ ਆयां ਪੋਰਸ਼ ਆਡੀ ਹਨਾ ਵੈਂਟਲੇ ਸੋ 4000 ਤੋਂ ਵੱਧ 4000 ਤੋਂ ਵੱਧ ਨਹੀਂ 4000 ਦੇ ਨੇੜੇ ਹੀ ਆ 3465 ਆ ਸ਼ਾਇਦ 4011 ਜੀ ਇਸ ਸ਼ਿਪ 'ਚ ਤੇ ਇਸ ਨੂੰ ਅੱਗ ਲੱਗ ਗਈ ਆ 22 ਜਣੇ ਸੀ ਵਿੱਚ ਜਿਹੜੇ ਅਮਲੇ ਵਾਲੇ ਇਨਸਾਨ ਜਿਹੜੇ ਕੰਮ ਕਰਨ ਵਾਲੇ ਉਹ ਤਾਂ ਬਾਈ ਜੀ ਹੈਲੀਕਾਪਟਰ ਨਾਲ ਚੈੱਕ ਲਏ ਆ ਹੁਣ 4011 ਸਵਾਹ ਹੋਣੀ ਆ ਜਾਂ ਕੀ ਹੋਣੀ ਆ ਕਿਉਂਕਿ ਕਈ ਕਾਰਾਂ ਬੈਟਰੀ ਵਾਲੀਆਂ ਵੀ ਸੀ ਹੁਣ ਅੱਗ ਕਿੱਦਾਂ ਲੱਗੀ ਆ ਦੇਖੋ ਕੀ ਕਾਰਨ ਨਿਕਲਦਾ ਪਰ 4000 ਕਾਰ ਦੇਖ ਸਕਦੇ ਆ ਕਾਰਾਂ ਕਿਹੜੀਆਂ-ਕਿਹੜੀਆਂ ਸੀ ਹੈ ਨਾ ਸੋ ਬਾਕਸ ਵੈਗਨ ਕੰਪਨੀ ਦੀਆਂ ਹੀ ਆ ਕਾਰਾਂ ਸਭ ਨੂੰ ਪਤਾ ਆ ਸੋ ਇਹ ਪੁਰਤਗਾਲ ਦੇ ਕੋਲ ਥੋੜਾ ਗਾਂ ਜਾ ਕੇ ਇੱਥੇ ਜਰਮਨ ਆ ਜਰਮਨ ਤੋਂ ਤੁਰਿਆ ਸੀ ਸ਼ਿਪ ਇੱਥੇ ਜਾ ਕੇ ਇਹਨੂੰ ਅੱਗ ਲੱਗ ਗਈ ਆ ਅਮਰੀਕਾ ਨੂੰ ਆਉਣਾ ਸੀਗਾ ਸੋ ਬਾਕਸ ਵੈਗਨ ਦੀਆਂ ਆ ਜੀ ਚਕਾਰਾਂ 4000 ਦੇਖ ਸਕਦੇ ਆ ਯੂਨਾਈਟਿਡ ਸਟੇਟਸ ਨੂੰ ਆਉਣਾ ਸੀਗਾ ਜਰਮਨ ਤੋਂ ਸੋ ਪੋਰਸ਼ ਬੈਂਟਲੇ ਤੇ ਆਪਣੀਆਂ ਆਡੀ ਤੇ ਹੋਰ ਕਈ ਕਾਰਾਂ ਬਾਕਸ ਵੈਗਨ ਕੰਪਨੀ ਦੀ 4000 ਕਾਰ ਸੋ ਘਾਟਾ ਬਹੁਤ ਤਕੜਾ ਪੈਣਾ 4000 ਕਾਰ ਥੋੜੀ ਨਹੀਂ ਹੁੰਦੀ ਨਾਲੇ ਮਹਿੰਗੀ ਮਹਿੰਗੀ ਕਾਰ ਤੇ ਬਾਕੀ ਦੇਖੋ ਸਵਾਈ ਹੋ ਜਾਣੀਆਂ ਚਲੋ ਬੰਦੇ ਬਚਾ ਲੈ ਕਾਰਾਂ ਦਾ ਕੀ ਕਾਰਾਂ ਤਾਂ ਫੇਰ ਆ ਜੂਗੀਆਂ ਤੇ ਹੋਰ ਦਿਖਾਉਣੇ ਆ ਜੀ ਤੁਹਾਨੂੰ ਤੇ ਇਸ ਤਰ੍ਹਾਂ ਹੀ ਬਾਈ ਜੀ ਇਹ ਬਾਕੀ ਦੁਨੀਆਦਾਰੀ ਚ ਹੋਰ ਵੀ ਕਈ ਕੁਸ਼ੇ ਤੇ ਤੁਹਾਨੂੰ ਸੱਚੀ ਚੀਜ਼ ਦਿਖਾਉਣਾ ਬਾਈ ਜੀ ਫੇਸਬੁੱਕ ਵਾਲਿਆਂ ਨਾਲ ਜੇ ਤੁਹਾਡੀ ਕੋਈ ਆਈਡੀ ਹੈਕ ਹੋ ਗਈ ਜਾਂ ਡਿਸੇਬਲ ਹੋ ਗਈ 25000 ਰੁਪਏ ਦਾ ਇੱਕ ਪ੍ਰੋਡਕਟ ਲੈਣਾ ਪੈਂਦਾ ਮੈਂ ਅੱਜ ਖਰੀਦਿਆ ਸੀ 400 ਡਾਲਰ ਦਾ ਝੱਟ WhatsApp ਤੇ ਰਿਪਲਾਈ ਕਰ ਦਿੰਦੇ ਆ ਉਹ ਤੁਹਾਨੂੰ ਦਿਖਾਉਣਾ ਉਹ ਕੀ ਸਿਸਟਮ ਆ ਇਹ ਦੇਖੋ ਜੀ ਇਹ ਇੱਕ ਤਸਵੀਰ ਆ ਤੇ ਇਹ ਪੈਸੇ ਹੀ ਦੇ ਬਾਰੇ ਇੱਕ ਝੂਠੀ ਇੱਕ ਗੱਲ ਇਹ ਫਲਾਈ ਗਈ ਆ ਪਿਪੋ ਲੈਂਡ 'ਚ ਵਿਆਹ ਸੀਗਾ ਪਹਿਲੇ ਬਿਸ਼ਪ ਜੁੱਧ ਵੇਲੇ ਹਨਾ ਤੇ ਉਸ ਵੇਲੇ ਸੱਜ ਦੂਜੇ ਬਿਸ਼ਪ ਜੁੱਧ ਵੇਲੇ ਲਾ ਲਓ ਤੇ ਉਸ ਵੇਲੇ ਬਿਸ਼ਪ ਜੁੱਧ ਛੱਡ ਗਿਆ ਵਿਆਹ 'ਚ ਲੋਕ ਬੈਠੇ ਸੀ ਉਹ ਭੱਜ ਗਏ ਤੇ ਬਾਅਦ ਕੁਰਸੀਆਂ ਇਦਾਂ ਹੀ ਪਈਆਂ ਰਹਿ ਗਈਆਂ ਤੇ ਦਰਖਤ ਉੱਗ ਗਏ ਇਹ ਗੱਲ ਝੂਠੀ ਆ ਤੇ ਇਹਨਾਂ ਦਾ ਕਾਰਨ ਨਹੀਂ ਪਤਾ ਕਿੱਦਾਂ ਇਹ ਹੋਇਆ ਜੋ ਵੀ ਆ ਸੋ ਇਹਨਾਂ ਜਿਹੜੀ ਗੱਲ ਜੋੜੀ ਗਈ ਆ ਪੀਓ ਪੋਲੈਂਡ ਦੀ ਤਸਵੀਰ ਆ ਹਨਾ ਵਿਆਹ ਚ ਲੋਕ ਭੱਜ ਗਏ ਸੀ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀਗਾ ਪਰ ਇਹ ਤਸਵੀਰ ਅਸਲੀ ਆ ਇਹ ਦਰਖਤ ਇਸ ਤਰ੍ਹਾਂ ਹੀ ਪੈਦਾ ਹੋਏ ਨੇ ਦੇਖ ਸਕਦੇ ਆ ਤੇ ਦੇਖੋ ਜੀ ਹਨਾ ਤੇ ਬਾਕੀ ਤੁਹਾਨੂੰ ਦਿਖਾਉਣਾ ਫੇਸਬੁੱਕ ਵਾਲਿਆਂ ਦਾ ਭਰਾਵੋ ਚੰਗਾ ਕੰਮ ਆ ਪਤੰਦਰੋ ਤੇ ਬਾਕੀ ਆਪਣੇ ਜਾਪਾਨ ਦੀ ਇੱਕ ਹੋਰ ਨਿਊਜ਼ ਦਿਖਾਉਣਾ ਤੁਹਾਨੂੰ ਜਾਪਾਨ 'ਚ ਜੇ ਲੋਕ ਆ ਆਪਣੇ ਉਹ ਸਾਈਨ ਨਹੀਂ ਕਰਦੇ ਹੁਣ ਜਿੱਦਾਂ ਆਪਾਂ ਕੋਈ ਕਾਰ ਲੈਣੇ ਆ ਜਾਂ ਘਰ ਲੈਣੇ ਆ ਜਾਂ ਕੋਈ ਵੀ ਸਾਈਨ ਕਰਨੇ ਪੈਂਦੇ ਸਾਨੂੰ ਬੈਂਕ 'ਚ ਜਾ ਕਿਤੇ ਵੀ ਉੱਥੇ ਬਾਈ ਜੀ ਉਹਨਾਂ ਨੇ ਆਪਣੀਆਂ ਮੋਹਰਾ ਬਣਾ ਕੇ ਰੱਖੀਆਂ ਇਹਨੂੰ ਹੈਂਕੋ ਕਹਿੰਦੇ ਆ ਸੋ ਇਹਨਾਂ ਨੂੰ ਤੁਸੀਂ ਮੋਡੀਫਾਈ ਕਰਕੇ ਦੇਖੋ ਕਾਰਟੂਨਾਂ ਦੇ ਚਿਹਰੇ ਵੀ ਇੱਥੇ ਬਣਵਾ ਸਕਦੇ ਆਪਣੇ ਨਾਮ ਦੇ ਨਾਲ ਇਹਨਾਂ ਨੂੰ ਹੈਂਕੋ ਕਹਿੰਦੇ ਆ ਲੋਕ ਹੱਥ ਨਾਲ ਉੱਥੇ ਸਾਈਨ ਨਹੀਂ ਕਰਦੇ ਜਾਪਾਨ 'ਚ ਇਹ ਮੋਹਰ ਇਦਾਂ ਲਾ ਦਿੰਦੇ ਆ ਦੇਖ ਸਕਦੇ ਸਟੈਂਪ ਜਿਹਨੂੰ ਆਪਾਂ ਕਹਿੰਦੇ ਆ ਸੋ ਜਿਹੜੀ ਕਚਹਿਰੀਆਂ 'ਚ ਤੁਹਾਨੂੰ ਦੇਖੀ ਹੋਣੀ ਆ ਇਹ ਉੱਥੇ ਜਾਪਾਨ ਚ ਲੋਕ ਹੱਥ ਨਾਲ ਨਹੀਂ ਸਾਈਨ ਕਰਦੇ ਸੋ ਮੋਡੀਫਾਈ ਕਰਾ ਕੇ ਉਹਨੂੰ ਕਿਸੇ ਕਾਰਟੂਨ ਦਾ ਚਿਹਰਾ ਲਾ ਕੇ ਆਪਣਾ ਨਾਮ ਲਖਾ ਲੈਂਦੇ ਆ ਜੋ ਵੀ ਆ ਹੈਂਕੋ ਕਿਹਾ ਜਾਂਦਾ ਐਚ ਏ ਐਨ ਕੇਓ ਥੋਈ ਦੇ ਬਾਰੇ ਤੁਸੀਂ ਹੋਰ ਵੀ ਜੇ ਪੜ੍ਹਨਾ ਚਾਹੁੰਦੇ ਪੜ੍ਹ ਸਕਦੇ ਆ ਸੋ ਉੱਥੇ ਸਾਰੇ ਹੀ ਜਣੇ ਆਲਮੋਸਟ ਲੋਕ ਆਪਣੀਆਂ ਜੇਬਾਂ ਜੀ ਰੱਖਦੇ ਆ ਸਾਈਨ ਨਹੀਂ ਕਰਦੇ ਹੱਥਾਂ ਨਾਲ ਤੇ ਤੁਹਾਨੂੰ ਦਿਖਾਉਣਾ ਬਾਈ ਜੀ ਫੇਸਬੁੱਕ ਦਾ ਇੱਕ ਪ੍ਰੋਡਕਟ ਆ ਬਾਈ ਜੀ ਕਿਉਂਕਿ ਆ ਜਿਹੜਾ ਮੇਰਾ ਪੇਜ ਆ ਇੱਥੇ ਐਡ ਨਹੀਂ ਚੱਲਦੀ ਦੀ ਜਿਹੜੀ ਐਡ ਮਨ ਆਈਡੀ ਸੀ ਉਹ ਆਉਂਦੀ ਸੀਗੀ ਉਹ ਮੈਂ ਅੱਜ 400 ਡਾਲਰ ਦਾ ਇਹਨਾਂ ਦਾ ਪ੍ਰੋਡਕ ਤੇ ਮੇਰੀ ਗੱਲ ਚਲੋ ਬਣੀ ਨਹੀਂ ਕਿਉਂਕਿ ਮੇਰੀ ਆਈਡੀ ਤਾਂ ਜੜੋਂ ਹੀ ਚੱਕੀਓ ਆ ਜੇ ਕਿਸੇ ਦੀ ਆਈਡੀ ਹੈਕ ਹੋ ਗਈ ਆ ਜਾਂ ਡਿਸੇਬਲ ਹੋਈਓ ਆ ਜੇ ਉਹ ਚਾਹੁੰਦੇ ਆ ਮੁੜ ਆਵੇ ਬਾਈ ਜੀ 400 ਡਾਲਰ ਦਾ ਪ੍ਰੋਡਕਟ ਆ 25000 ਰੁਪਏ ਦਾ ਜੇ ਕੋਈ ਚਾਹੁੰਦਾ ਮੈਨੂੰ ਮੈਸੇਜ ਕਰਦੇਓ ਤੁਹਾਨੂੰ ਦੱਸ ਦੂੰਗਾ ਕਿ ਕਿੱਦਾਂ ਗੱਲ ਕਰਨੀ ਆ ਵਟਸਐਪ ਤੇ ਝਟ ਰਪਲਾਈ ਆ ਜਾਂਦਾ ਫੇਸਬੁੱਕ ਦਾ ਮੇਰੀ ਫੇਸਬੁੱਕ ਨਾਲ ਗੱਲ ਹੋਈ ਸੀ ਅੱਜ ਹੀ ਆ ਦੇਖ ਸਕਦੇ ਦੁਪਹਿਰ ਦੇ 3 ਵਜੇ ਸੋ ਦੇਖੋ ਜੀ ਹਨਾ ਤੇ ਉਹ ਨਹੀਂ ਮੇਰਾ ਨਾਮ ਵੀ ਇੱਥੇ ਲਿਖਿਆ ਹੋਣਾ ਹਾਈ ਇੰਦਰਜੀਤ ਹਨਾ ਥੈਂਕ ਯੂ ਫॉर ਕੰਟੈਕਟਸ ਸੋ ਇਹਦਾ ਤੁਸੀਂ ਪਾ ਮੈਂ ਸਰਚ ਕਰ ਲਿਓ ਕਿਹੜਾ ਪ੍ਰੋਡਕਟ ਆ ਓਕੂਲਸ ਕੁਐਸਟ 2 ਇਹ ਵੈਸੇ ਤਾਂ ਵੀਡੀਓ ਗੇਮ ਜੀ ਖੇਡਣ ਵਾਲੀ ਮੇਰੇ ਤਾਂ ਕੰਮ ਦੀ ਨਹੀਂ ਸੀ OCULUS QUEST 2 400 ਡਾਲਰ ਕੈਨੇਡੀਅਨ ਦਾ ਇੰਡੀਆ ਦੇ 25000 ਰੁਪਏ ਦਾ ਇਹ ਤੁਹਾਨੂੰ ਲੈਣਾ ਪੈਣਾ ਇਹਦਾ ਸੀਰੀਅਲ ਨੰਬਰ ਉਹਨਾਂ ਨੂੰ ਦੋ ਮਿੰਟ ਚ ਇਹਨਾਂ ਦਾ ਆ ਜਾਂਦਾ ਰਿਪਲਾਈ WhatsApp ਤੇ ਵੀ ਹਾਂ ਬਈ ਕਿਉਂਕਿ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਸਿਸਟਮ ਆ ਜੇ ਚਲਾਉਣਾ ਤੁਹਾਨੂੰ ਤੁਹਾਡੇ ਕੋਲ ਫੇਸਬੁਕ ਆਈਡੀ ਹੋਣੀ ਚਾਹੀਦੀ ਆ ਸੋ ਦੇਖ ਸਕਦੇ ਆ ਵੀ ਉਹ ਕਹਿੰਦੇ ਵੀ ਤੇਰੀ ਆਈਡੀ ਫੇਸਬੁਕ ਅਕਾਊਂਟ ਡਿਸੇਬਲ ਹੋ ਗਿਆ ਆ ਤੂੰ ਐਕਸੈਸ ਨਹੀਂ ਹੋ ਪਾ ਰਿਆ ਕੋਈ ਨਹੀਂ ਮੇਰੀ ਆਈਡੀ ਠੀਕ ਕਰ ਦੇਣਾ ਪਰ ਮੇਰੀ ਜਿਹੜੀ ਆਈਡੀ ਆ ਇਹ ਇਹ ਕਿਉਂਕਿ ਮੈਂ ਸਿੰਗਰਾਂ ਦੇ ਦੱਸੇ ਸੀ ਫੇਕ 뷰 ਕਰਾਉਂਦੇ ਮੇਰੀ ਤਾਂ ਜੜੋਂ ਹੀ ਪੱਟ ਹੋਈ ਉਹ ਆਈਡੀ ਸੋ ਮੇਰਾ ਕੰਮ ਬਣਿਆ ਨਹੀਂ ਸੋ ਜੇ ਕਿਸੇ ਦੀ ਆਈਡੀ ਡਿਸੇਬਲ ਆ ਜਾਂ ਹੈਕ ਆ ਉਹ ਚਾਹੁੰਦਾ ਮੇਰੀ ਫੇਸਬੁਕ ਦੀ ਆਈਡੀ ਮੁੜ ਆਵੇ ਭਰਾਵੋ 25000 ਰੁਪਏ ਖਰਚਣੇ ਪੈਣੇ ਆ ਬਸ ਸੋ ਇਹਨੂੰ ਦੱਸਤਾ ਭਾਈ ਹੱਲ ਹੈਗਾ ਆ ਇਹਦਾ ਨਾਲੇ ਵਟਸਐਪ ਤੇ ਗੱਲ ਹੁੰਦੀ ਆ ਬੰਦਾ ਗੱਲ ਕਰਦਾ ਆ ਮਿੰਟਿਕ ਜੀ ਰਿਪਲਾਈ ਆ ਜਾਂਦਾ ਸਾਰੇ ਕੁਝ ਠੀਕ ਹੋ ਜਾਂਦਾ ਜੇ ਕੋਈ ਕਰਨਾ ਚਾਹੁੰਦਾ ਮੈਨੂੰ ਮੈਸੇਜ ਕਰ ਦਿਓ ਤੁਹਾਨੂੰ ਦੱਸ ਦੂੰਗਾ ਤੇ ਪ੍ਰੋਡਕਟ ਲੈ ਲਿਓ ਹਨਾ ਆਪਾਂ ਕਿਹਨਾਂ ਕਿਸੇ ਦਾ ਭਲਾ ਹੋ ਜੂ ਹਨਾ ਤੇ ਪ੍ਰੋਡਕਟ ਵੀ ਤੁਸੀਂ ਲੈਣਾ ਪੈਸੇ ਵੀ ਉਹਨਾਂ ਨੂੰ ਜਾਣੇ ਮੈਨੂੰ ਤਾਂ ਵਿੱਚੇ ਕੁਝ ਮਿਲਣਾ ਨਹੀਂ ਆਪਾਂ ਤਾਂ ਜੋ ਸਾਨੂੰ ਨੌਲੇਜ ਪਤਾ ਲੱਗਦੀ ਆ ਤੁਹਾਡੇ ਤੱਕ ਡਿਲੀਵਰ ਕਰਦੀ ਦੀ ਆ ਹਾਂਜੀ ਤੇ ਜਾਂਦੇ ਜਾਂਦੇ ਬਾਈ ਜੀ ਆ ਤੁਹਾਨੂੰ ਦਿਖਾ ਦੇਣਾ ਆ ਭਰਾਵੋ ਐਡ ਆਪਣੇ ਚੱਲਦੀ ਨਹੀਂ ਗਈ ਦੇਖੋ ਜੀ ਇੰਡੀਆ ਤੋਂ ਆਪਣੇ 4600 ਬੰਦਾ ਗਿਆ ਸੀ ਆਪਣੇ ਰੇਡੀਓ ਦੇ ਕਲਿੱਕ ਕਰਨ ਤੇ 4600 ਬੰਦੇ ਚੋਂ ਕਿੰਨੇ ਨੇ ਕਲਿੱਕ ਕੀਤੀ ਉਹ ਵੀ ਦਿਖਾਉਣਾ 31 ਡਾਲਰ ਬਣੇ ਸੀ ਹਾਂਜੀ ਤੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਸੋ 4600 ਬੰਦੇ ਚੋਂ ਦੇਖ ਸਕਦੇ ਆ 31 ਡਾਲਰ ਉਹ ਦਿਖਾਈ ਸੀ 4600 ਬੰਦਾ ਆਪਣੇ ਪੇਜ ਤੇ ਗਿਆ ਇਹਦੀ ਰੇਡੀਓ ਤੇ 1634 ਨੇ ਕਲਿੱਕ ਕੀਤੀ ਸੀ ਸੋ 31 ਡਾਲਰ ਬਣੇ ਸੀ ਹਾਂਜੀ ਸੋ ਉਹੀ 15 1600 ਬੰਦਾ ਟੋਟਲ 2000 ਕਲਿੱਕ ਕਰਦਾ ਹੁੰਦਾ ਆ 1600 ਇੰਡੀਆ ਤੋਂ ਲਾ ਲਓ 2 300 ਬਾਹਰਲਾ ਲਾ ਲਓ ਸੋ 40 ਡਾਲਰ ਬਣਦੇ ਆ ਆਪਣੇ ਦਿਹਾੜੀ ਦੇ 40 ਤੇ 1200 ਸੋ 6700 ਬੇਸਮੈਂਟ ਦਾ ਕਰਾਇਆ 6700 ਰਿਡੀਓ ਦਾ ਆਪਣੇ ਤਾਂ ਖਰਚੇ ਹੀ ਨਹੀਂ ਪੂਰੇ ਹੁੰਦੇ ਸੋ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਸੋ ਬਾਈ ਜੀ ਰਿਕੁਐਸਟ ਹੈ ਬਾਹਰਲੇਆਂ ਨੂੰ ਸਪੈਸ਼ਲੀ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਵਾਲਿਆਂ ਨੂੰ ਵੀ ਕਲਿੱਕ ਕਰ ਦਿਆ ਕਰੋ ਭਰਾਵੋ ਸਕਿੰਟ ਦਾ ਕੰਮ ਹੈ ਆ ਦੇਖੋ ਜੀ ਆ ਤੇ ਕੱਲ ਨੂੰ ਰੇਡੀਓ ਤੇ ਮਿਲਦੇ ਆ ਤੁਹਾਨੂੰ ਪੁੱਛਾਂਗੇ ਕਿਹਦੀ ਸਰਕਾਰ ਆਵੇਗੀ ਸੋ ਇਹਨ ਦੀ ਜਿ ਸਵਾਲ ਪੇਜ ਆ ਜੀ ਤੇ ਲਿੰਕ ਪਾਇਆ ਹੋਇਆ ਉੱਤੇ ਵੀ ਪਾਇਆ ਹੋਇਆ ਸਾਰੀਆਂ ਵੀਡੀਓ ਤੇ ਲਿੰਕ ਪਾਇਆ ਹੋਇਆ ਹਨਾ ਇੱਥੇ ਵੀ ਪਾ ਦੇਣਾ ਸੋ ਲਓ ਜੀ ਤੇ ਇੱਥੇ ਵੀ ਆ ਲਿੰਕ ਪਾਇਆ ਹੋਇਆ ਲਓ ਇਦਾਂ ਇਹਨ ਦੀ ਰੇਡੀਓ ਓਪਨ ਹੋ ਜਾਣਾ ਕਿੰਨਾ ਕੰਮ ਹੈ ਯਾਰ ਲਓ ਇੱਕ ਸਿਰੇ ਤੇ ਐਡ ਹੋਣੀ ਆ ਤੇ ਇੱਕ ਆਪਣੇ ਸਿਰ ਤੇ ਆਉਣੀ ਆ ਕਹਿੰਦੀ ਲਾਇਰ ਚਾਹੀਦਾ ਤੁਹਾਨੂੰ ਆਪਾਂ ਲਾਇਰ ਕੀ ਕਰਨੇ ਪ੍ਰਭੂ ਆਪਾਂ ਕੀਤੇ ਕੇਸ ਕਰਨਾ ਲਓ ਜੀ ਆਪਾਂ ਕਿਸੇ ਤੇ ਕੇਸ ਨਹੀਂ ਕਰਨਾ ਅੱਜੇ ਲਓ ਉਹ ਤੇ ਧਾਰੀ ਜੀ ਸਿਰੇ ਤੇ ਪਹੁੰਚ ਗਈ ਵਕੀਲਾ ਦੇ ਨੰਬਰ ਦੇਖੇ ਚਾਲ ਜੀ ਤੇ ਬਾਅਦ ਚ ਦੂਜੀ ਐਡ ਤੇ ਕਲਿੱਕ ਕਰਤਾ ਓਕੇ ਜੀ ਬਧੋਵਾਦ ਵੀਡੀਓ ਸ਼ੇਅਰ ਕਰਿਓ ਤੇ ਸਾਰਿਆਂ ਤੱਕ ਪਹੁੰਚਾਇਓ ਤੇ ਲਿੰਕ ਪਾਉਣਾ ਲਿੰਕ ਜ਼ਰੂਰ ਕਲਿੱਕ ਕਰ ਲਓ ਸਪੈਸ਼ਲੀ ਪਰਦੇਸੀਆਂ ਨੂੰ ਰਿਕੁਐਸਟ ਹੈ ਜੀ ਤੇ ਬਾਕੀ ਜੇ ਕਿਸੇ ਦੀ ਫੇਸਬੁੱਕ ਦੀ ਆਈਡੀ ਬਲੌਕ ਜਾਂ ਡਿਸੇਬਲ ਹੋਈ ਆ ਮੈਸੇਜ ਕਰ ਦਿਓ ਦੱਸ ਦੂੰਗਾ ਕਿਹੜਾ ਪ੍ਰੋਡਕਟ ਲੈ ਕੇ ਕਿੱਦਾਂ ਉਹਨਾਂ ਨੂੰ ਮੈਸੇਜ ਕਰਨਾ ਓਕੇ ਜੀ ਸ਼ੇਅਰ ਕਰਿਓ ਬਧੋਵਾਦ ਤੇ ਕੁਦਰਤ ਦੇ ਰੰਗ ਹੋਰਾਂ ਨੂੰ ਵੀ ਦਿਖਾਓ ਇਹ ਚਿੜੀਆਂ ਨਹੀਂ ਇਹ ਫੁੱਲ ਨੇ ਤੇ ਓਕੇ ਜੀ ਲਿੰਕ ਪਾਉਣਾ ਲਿੰਕ ਜ਼ਰੂਰ ਕਲਿੱਕ ਕਰ ਦਿਓ ਸਪੈਸ਼ਲੀ ਐਨਆਰਆਈ ਸ਼ੁਕਰੀਆ ਜੀ ਕਮੈਂਟ ਕਰਿਓ ਸਾਰੇ ਸ਼ੇਅਰ ਕਰਿਓ ਤੇ ਲਿੰਕ ਕਲਿੱਕ ਕਰਿਓ ਮਿਲਦੇ ਆਂ ਸਵੇਰ ਨੂੰ